ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਪਰਮ ਸਤਿਕਾਰ ਗੁਰੂ ਦੀ ਪਰੀ ਸਾਧ ਸੰਗਤ ਜੀ, ਦੇਸ਼ ਵਿਦੇਸ਼ ਵਿੱਚ ਸੰਗਤਾਂ ਅੱਗੇ ਬੇਨਤੀ ਹੈ। ਆਜ ਹਮ ਯੇ ਪਾਚੂਰੀ ਪਿੰਡ ਮੱਧ ਪ੍ਰਦੇਸ਼ ਮੇਂ ਬਹਾਨਪੁਰ ਜ਼ਿਲ੍ਹਾ ਇਹ ਵਨਗ੍ਰਾਮ ਪਾਚੂਰੀ ਹੈ। ਇੱਕ ਭਯਾਨਕ ਜੰਗਲ ਹੈ। ਉਸ ਜੰਗਲ ਮੇਂ ਯੇ ਪੂਰੇ ਸਿਕਲੀਗਰ ਸਿੰਘ ਆਪ ਦੇਖ ਰਹੇ ਹੋ, ਬੱਚੇ ਸੇ ਲੈ ਕੇ ਬਜ਼ੁਰਗ ਨੌਜਵਾਨ ਕਾਰਯਕਰਤਾ ਸਭੀ ਯਹਾਂ ਖੜੇ ਹੈ। ਆਜ ਹਮੇ ਬਹੁਤ ਖੁਸ਼ੀ ਹੈ। ਹਮਾਰੇ ਪੂਜਨੀਯ ਸਨਮਾਨੀਯ ਗਿਆਨੀ ਦਲੀਪ ਸਿੰਘ ਜੀ ਪ੍ਰਚਾਰਕ, ਜੋ ਯਹਾਂ ਕਈ ਸਮੋਂ ਸੇ ਆ ਰਹੇ ਹੈ, ਉਨ੍ਹੋਂਨੇ ਜਬ ਯਹਾਂ ਕੇ ਹਾਲਾਤ ਦੇਖੇ, ਸੰਗਤ ਨੇ ਬੇਨਤੀ ਕੀ ਕਿ ਭਾਈ ਸਾਹਿਬ ਜੀ ਪਾਚੂਰੀ ਕੀ ਸੰਗਤ ਜੋ ਹੈ ਬਿਲਕੁਲ ਇਸ ਸਮੇਂ ਬੇਰੁਜ਼ਗਾਰ ਹੈ, ਕੋਈ ਰੁਜ਼ਗਾਰ ਨਹੀਂ ਹੈ, ਔਰ ਕਈ ਬੰਦੇ ਯਹਾਂ ਕੇ ਜੇਲ੍ਹ ਮੇਂ ਬੰਦ ਹੈ, ਕਈ ਮਾਤਾ ਬੇਣੀ ਵਿਧਵਾਏ ਹੈ, ਔਰ ਕਈ ਯਹਾਂ ਕੇ ਜੋ ਨੌਜਵਾਨ ਸਭ ਬੇਰੁਜ਼ਗਾਰ ਹੈ। ਮੈਂ ਪਾਚੂਰੀ ਗੁਰਦੁਆਰਾ ਕੇ ਹੈੱਡ ਗ੍ਰੰਥੀ ਗਿਆਨੀ ਤਕਬੀਰ ਸਿੰਘ ਜੀ, ਮੇਰੇ ਸਾਥ ਪ੍ਰਧਾਨ ਸਾਹਿਬ ਵੀ ਖੜ੍ਹੇ, ਅਧਿਕ ਸਾਹਿਬ ਜਤਨ ਸਿੰਘ ਜੀ, ਔਰ ਪੂਰੀ ਸੰਗਤ ਰੋਸ਼ਨ ਸਿੰਘ ਜੀ ਫਿਲਹਾਲ ਗੁਰਦੁਆਰੇ ਖਜ਼ਾਨਚੀ ਹੈ, ਔਰ ਸਭੀ ਸੰਗਤ ਆਪ ਦੇਖ ਰਹੇ ਹੋ ਜੀ। ਯੇ ਇਸ ਜੰਗਲ ਮੇਂ ਇਸੇ ਹਾਲਾਤ ਹਮਾਰੇ ਯੇ ਕਾਫੀ ਪਰੇਸ਼ਾਨੀਓ ਕਾ ਸਾਹਮਣਾ ਸੰਗਤ ਕਰ ਰਹੀ ਹੈ, ਫਿਰ ਵੀ ਗੁਰੂ ਮਹਾਰਾਜ ਕੀ ਬੜੀ ਕਿਰਪਾ ਹੈ, ਯਹਾਂ ਸਿੱਖੀ ਸੰਭਾਲ ਕੇ ਬੈਠੇ ਪੂਰੇ ਆਪ ਦੇਖ ਰਹੇ ਹੋ, ਬੱਚਾ ਨੌਜਵਾਨ ਬਜ਼ੁਰਗ ਸਭੀਆਂ ਗੁਰੂ ਕੇ ਰੂਪ ਮੇਂ ਹੈ, ਕੋਈ ਕਹੀਂ ਸੇ ਕਹੀਂ ਤੱਕ ਖੰਡਨ ਨਹੀਂ ਹੈ। ਤੋ ਗੁਰੂ ਪਰਿਸਾਰ ਸੰਗਤ ਜੀ, ਆਜ ਹਮਾਰੇ ਬੀਚ ਮੇਂ ਹਮਨੇ ਜਬ ਅਪੀਲ ਕੀ ਭਾਈ ਦਲੀਪ ਸਿੰਘ ਪ੍ਰਚਾਰਕ ਸੇ, ਤੋ ਉਨ੍ਹੋਂਨੇ ਹੇਮਕੁੰਡ ਫਾਊਂਡੇਸ਼ਨ ਦਿੱਲੀ ਸੇ ਸਰਦਾਰ ਇੰਦਰ ਸਿੰਘ ਜੀ ਸਾਡੇ ਨਾਲ ਹੀ ਖੜ੍ਹੇ ਹੈ ਜੀ। ਯੇ ਗਰੀਬ ਪਰਿਵਾਰਾਂ ਜੋ ਕੁਛ ਜੇਲ੍ਹ ਮੇਂ ਬੰਦ ਹੈ, ਕੋਈ ਮਾਤਾ ਵਿਧਵਾਏ ਹੈ, ਔਰ ਜੋ ਬਹੁਤ ਗਰੀਬ ਪਰਿਵਾਰ ਜਿਨਕੇ ਪਾਸ ਕੋਈ ਰੁਜ਼ਗਾਰ ਨਹੀਂ ਹੈ, ਉਨਕੇ ਲੀਏ ਆਜ ਯੇ ਰਾਸ਼ਨ ਪਾਣੀ ਚਾਵਲ ਚਾਵਲ ਤੇਲ ਚੀਨੀ ਦਾਲ ਸਾਬੂ ਬਰਸ਼ ਜੋ ਵੀ ਲਗਤੀ ਹੈ ਪਰਿਵਾਰ ਮੇਂ, ਇਹ ਸਾਰਾ ਕੁਛ ਲੈ ਕਰ ਕੇ ਯਹਾਂ ਪਹੁੰਚੇ ਹੈ। ਹਮ ਪੂਰੀ ਸੰਗਤ ਇਨਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੈ, ਔਰ ਗੁਰੂ ਕੇ ਚਰਨੋਂ ਮੇਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਇਹੋ ਜਿਹਾ ਪਰਉਪਕਾਰੀ ਸਿੱਖ ਜੋ ਆਪਨੇ ਗਰੀਬ ਸੰਗਤ ਕੇ ਲੀਏ ਯਹਾਂ ਭੇਜੇ ਹੈ, ਆਪ ਹਮ ਪੂਰੀ ਸਮੂਹ ਸੰਗਤ ਇਨਕਾ ਤਹਿ ਦਿਲ ਧੰਨਵਾਦ ਕਰਤੀ ਹੈ। ਔਰ ਗਿਆਨੀ ਦਲੀਪ ਸਿੰਘ ਜੀ ਪ੍ਰਚਾਰਕ ਜੋ ਹਮਾਰੇ ਹੈ, ਉਹ ਵਿਚਾਰੇ ਕਈ ਬਰਸੋਂ ਸੇ ਆ ਰਹੇ ਹੈ, ਹਾਲਾਤ ਦੇਖ ਕੇ ਬੜੇ ਦੁਖੀ ਹੋਤੇ ਹੈ। ਜਬ ਇਨ੍ਹੋਂਨੇ ਹੇਮਕੁੰਡ ਫਾਊਂਡੇਸ਼ਨ ਦਿੱਲੀ ਸੇ ਬੇਨਤੀ ਕੀ, ਸਰਦਾਰ ਰਿੰਦਰ ਸਿੰਘ ਜੀ ਆਜ ਯਹਾਂ ਪਹੁੰਚੇ ਹੈ, ਯਹਾਂ ਇਨਕੇ ਹਾਲ ਸੇ ਇਨ੍ਹੋਂਨੇ ਸਭ ਗਰੀਬ ਪਰਿਵਾਰ ਕੋ ਸਮੱਗਰੀ ਬਾਂਟੀ ਹੈ, ਸਭ ਸੰਗਤ ਲੈ ਕੇ ਬੇਚੀ ਹੈ ਜੀ। ਜਿਨ੍ਹੋਂਨੇ ਇਹ ਸੇਵਾ ਕਰਵਾਈ ਔਰ ਜਿਨ੍ਹੋਂਨੇ ਇਹ ਸੇਵਾ ਕਰੀ ਹੈ, ਹਮ ਉਨਕਾ ਤਹਿ ਦਿਲ ਸੇ ਪੂਰੀ ਪਾਚੂਰੀ ਸਮੂਹ ਸੰਗਤ ਧੰਨਵਾਦ ਕਰਤੀ ਹੈ, ਔਰ ਅਰਦਾਸ ਕਰਤੇ ਉਨਕੇ ਕਾਰੋਬਾਰ ਮੇਂ ਸੱਚੇ ਪਾਤਸ਼ਾਹ ਵਾਅਦਾ ਕਰਵਾਏ, ਉਨਕੇ ਘਰ ਪਰਿਵਾਰ ਸੁਖੀ ਰਹੇ, ਔਰ ਇਸੀ ਪ੍ਰਕਾਰ ਗਰੀਬ ਪਰਿਵਾਰੋਂ ਕੀ ਮਦਦ ਕਰਤੇ ਰਹੇ। ਇੱਕ ਬੇਨਤੀ ਛੋਟੀ ਹੋਰ ਹੈ ਸਾਧ ਸੰਗਤ ਕੇ ਅੱਗੇ ਜੀ, ਜੋ ਜਿਸ ਤਰ੍ਹਾਂ ਆਪ ਇਹ ਰਾਸ਼ਨ ਪਾਣੀ ਭੇਜਤੇ ਹੋ ਗਰੀਬ ਪਰਿਵਾਰੋਂ ਕੇ ਲੀਏ, ਯੇ ਕੁਛ ਸਮੇਂ ਹਫਤਾ ਚਾਰ ਛੇ ਦਿਨ ਮੇਂ ਖਾ ਕਰਕੇ ਗਰੀਬ ਪਰਿਵਾਰ ਖਤਮ ਕਰ ਦਿੱਤੇ। ਮੈਂ ਬੇਨਤੀ ਕਰੂੰਗਾ ਜੋ ਬੇਰੁਜ਼ਗਾਰ ਹੈ ਉਨਕੋ ਆਪ ਰੁਜ਼ਗਾਰ ਦੇ, ਔਰ ਉਨਕੋ ਕੀ ਧੰਦੇ ਸੇ ਲਗਵਾਏ, ਤਾਂ ਕਿ ਯੇ ਸਮਾਂ ਨਹੀਂ ਆਏ ਰਾਸ਼ਨ ਪਾਣੀ ਲੈਣੇ ਕਾ, ਇਸ ਸੇ ਮੁਕਤ ਹੋ ਜਾਏ, ਔਰ ਹਮ ਸਵਯਮ ਆਪਣਾ ਰੁਜ਼ਗਾਰ ਕਰਕੇ ਆਪਣੇ ਬਾਲ ਬੱਚੋ ਕਾ ਪਾਲਣ ਪੋਸ਼ਣ ਕਰ ਸਕੇ। ਗੁਰੂ ਸਿੱਖੋਂ ਕੇ ਪਾਸ ਮੇਂ ਬੜੇ ਬੜੇ ਕਾਰਖਾਨੇ ਹੈ, ਬੜੀ ਬੜੀ ਫੈਕਟਰੀਆਂ ਹੈ, ਹਮ ਸਭ ਸੇ ਬੇਨਤੀ ਕਰਦੇ ਕਿ ਹਮਾਰੇ ਬੱਚੇ ਉਨਮੇਂ ਛੋੜੇ ਜਾਏ, ਯਾ ਬੁਰਹਾਨਪੁਰ ਜ਼ਿਲ੍ਹੇ ਮੇਂ ਜੋ ਹਮ ਰਹਿ ਰਹੇ ਹੈ, ਮੱਧ ਪ੍ਰਦੇਸ਼ ਕਾ ਬੁਰਹਾਨਪੁਰ ਜ਼ਿਲ੍ਹਾ ਹੈ, ਵਹਾਂ ਪੇ ਇੱਕ ਜ਼ਮੀਨ ਦੇਖ ਕਰਕੇ ਵਹਾਂ ਪੇ ਬੜੀ ਫੈਕਟਰੀ ਜਾਂ ਕਾਰਖਾਨਾ ਖੋਲਾ ਜਾਏ, ਤਾਂ ਕਿ ਜਿਤਨੇ ਵੀ ਨੌਜਵਾਨ ਹੈ ਸਭ ਵਹਾਂ ਪੇ ਰੁਜ਼ਗਾਰ ਕਰ ਸਕੇ, ਕਾਮ ਧੰਦੇ ਸੇ ਲਗ ਸਕੇ, ਤਾਂ ਕਿ ਆਪਕੋ ਵੀ ਇਹ ਕਠਿਨਾਈ ਨਾ ਉਠਾਣੀ ਪੜੇ, ਔਰ ਹਮਕੋ ਵੀ ਇਹ ਰਾਸ਼ਨ ਪਾਣੀ ਲੈਤੇ ਸ਼ਰਮ ਆਤੀ ਹੈ। ਹਮ ਗੁਰੂ ਕੇ ਸਿੱਖ ਹੈ, ਹਮ ਚਾਹਤੇ ਹਮ ਸਵਯਮ ਆਪਣੇ ਪੈਰੋਂ ਖੜੇ ਹੋਏ ਔਰ ਸਵਯਮ ਕਮਾ ਕਰਕੇ ਆਪਣਾ ਪਰਿਵਾਰ ਚਲਾਏ। ਗੁਰੂ ਸ਼ਬਦ ਦੇ ਸਾਥ ਦਾਸ
और पांच तौर की सब संगत कई सोने की माफी गुरु महाराज बख्शनहार संगत बख्शनहार जी तो अरविंदर सिंह जी का बहुत कोटान को धन्यवाद करते हैं जो तो हमारे लिए इस भयानक जंगल में आकर उन्होंने स्वयं सेवा की है। गुरु महाराज जी की चढ़ती कला रखे, दिलीप सिंह ज्ञानी की भी चढ़ती कला रखे जी। वाहेगुरु जी का खालसा।